ਸਿਰਾ ਖਰਾਬ ਅੱਜ ਮਾਨ ਸਾਹਿਬ ਨੇ, ਮੈਂ ਮੂੰਹ ਜ਼ਬਾਨੀ ਬੋਲਾਂਗਾ, ਇਹਨੂੰ ਮੈਂ ਹਿੱਕ ਠੋਕ ਕੇ ਕਹਿਣਾ, ਕਿਉਂਕਿ ਸੱਚ ਬੋਲਣ ਵਾਲੇ ਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ। ਮੈਂ ਇੱਕ ਪਿਓ ਦਾ ਨਹੀਂ ਹੋਊਂਗਾ ਇਸ ਗੱਲ ਦੇ ਉੱਤੇ ਖੜੇ ਰਹਿਣ ਭੱਜ ਨਾ ਜਾਣ। ਸਮਾਂ ਵੀ ਤੇਰਾ ਪਾਣੀ ਦਾ ਪਾਣੀ ਕਰਕੇ ਕਿਹਨੇ ਕਿਹਨੇ ਪੰਜਾਬ ਕਿਵੇਂ ਕਿਵੇਂ ਲੁੱਟਿਆ ਵੀ ਤੇਰੀ ਕੋਈ 1 ਨਵੰਬਰ ਦੀ ਲੋੜ ਨਹੀਂ, ਕੋਈ ਮੈਨੂੰ ਤੇਰੀ ਲੋੜ ਨਹੀਂ, ਭਾਵੇਂ ਕੱਲ ਨੂੰ ਹਾਕ ਮਾਰ ਲਾ। ਮੈਂ ਤੇਰੇ ਨਾਲ ਇਹ ਤੇਰੀ ਚੁਣੌਤੀ ਨੂੰ ਕਬੂਲ ਕਰਦਾ ਹੋਇਆ ਤੇਰੀ ਬਹਿਸ ਦੇ ਵਿੱਚ ਬੈਠੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਵੀ ਪੰਜਾਬੀਓ, ਅੱਜ ਤਾਂ ਮਾਨ ਸਾਹਿਬ ਨੇ ਸਵਾਦ ਹੀ ਲਿਆਤਾ, ਸਿਰਾ ਕਰਾਤਾ ਅੱਜ ਮਾਨ ਸਾਹਿਬ ਨੇ। ਪਰ ਬਸ਼ਰਤੇ ਗੱਲ ਇਹ ਹੈ ਕਿ ਮਾਨ ਸਾਹਿਬ ਇਸ ਗੱਲ ਦੇ ਉੱਤੇ ਖੜੇ ਰਹਿਣ ਭੱਜ ਨਾ ਜਾਣ। ਹੁਣ ਪਹਿਲਾਂ ਗੱਲ ਸੁਣ ਲਓ ਗੱਲ ਕੀ ਆ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਨੇ ਅੱਜ ਇੱਕ ਚੁਣੌਤੀ ਦਿੱਤੀ ਹੈ, ਅੱਜ 1.5 ਘੰਟਾ ਪਹਿਲਾਂ ਮਾਨ ਸਾਹਿਬ ਨੇ ਇੱਕ ਟਵੀਟ ਕੀਤਾ ਹੈ ਕਿ ਆਪਣੀ ਫੇਸਬੁੱਕ ਦੇ ਉੱਤੇ ਲਿਖਿਆ, ਸਤੌਜ ਵਾਲੇ ਮਹਾਰਾਜ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਲਿਖਦੇ ਨੇ ਕਿ ਮੇਰਾ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਜੀ ਨੂੰ ਖੁੱਲ੍ਹਾ ਸੱਦਾ ਹੈ। ਕਹਿੰਦੇ ਰੋਜ਼ ਰੋਜ਼ ਦੀ ਕਿਚ ਕਿਚ ਨਾਲੋਂ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕਿਹਨੇ ਅਤੇ ਕਿਵੇਂ ਲੁੱਟਿਆ, ਭਾਈ ਭਤੀਜੇ ਸਾਲੇ ਜੀਜੇ ਮਿੱਤਰ ਮਲਾਜੇ ਟੋਲ ਪਲਾਜੇ, ਜਵਾਨੀ ਕਿਸਾਨੀ ਵਪਾਰ ਦੁਕਾਨਦਾਰ ਗੁਰੂਆਂ ਦੀ ਬਾਣੀ ਨਹਿਰਾਂ ਦਾ ਪਾਣੀ, ਸਭ ਮੁੱਦਿਆਂ 'ਤੇ ਬਹਿਸ ਕਰੀਏ। ਅੱਗੇ ਲਿਖਦਿਆਂ ਮਾਨ ਸਾਹਿਬ ਕਹਿੰਦੇ ਤੁਸੀਂ ਆਪਣੇ ਨਾਲ ਕਾਗਜ਼ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ਬਾਨੀ ਬੋਲਾਂਗਾ। 1 ਨਵੰਬਰ ਜਿੱਦੇ ਪੰਜਾਬ ਦਿਹਾੜਾ ਹੁੰਦਾ ਹੈ, ਜਿੱਦੇ ਪੰਜਾਬ ਵੱਢਿਆ ਟੁੱਕਿਆ ਗਿਆ ਸੀ 1 ਨਵੰਬਰ 1966 ਨੂੰ, ਇਹਨਾਂ ਨੇ ਉਹ ਦਿਨ ਰੱਖਿਆ ਕਿ 1 ਨਵੰਬਰ ਨੂੰ ਆਪਾਂ ਇਹ ਦਿਨ ਠੀਕ ਰਹੂਗਾ, ਤੁਹਾਨੂੰ ਕਹਿੰਦੇ ਤਿਆਰੀ ਕਰਨ ਦਾ ਵੀ ਸਮਾਂ ਮਿਲ ਜੂਗਾ ਅਤੇ ਮੇਰੀ ਪੂਰੀ ਤਿਆਰੀ ਹੈ। ਕਹਿੰਦੇ ਕਿਉਂਕਿ ਸੱਚ ਬੋਲਣ ਵਾਲੇ ਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ। ਸਮਾਨ ਸਾਹਿਬ ਹੁਣ ਸਵਾਦ ਆ ਗਿਆ ਗੱਲ ਦਾ, ਤੁਸੀਂ ਚੈਲੰਜ ਕਰਤਾ, ਚੁਣੌਤੀ ਦੇਤੀ ਹੈ ਇੱਥੇ ਸਾਰੇ ਵੜਿੰਗਾਂ ਨੂੰ, ਬਾਦਲਾਂ ਨੂੰ, BJP ਵਾਲਿਆਂ ਨੂੰ, ਬਾਜਪਾ ਨੂੰ, ਸਭ ਨੂੰ ਚੁਣੌਤੀ ਦੇਤੀ ਵੀ ਆ ਜਾਓ ਮਿੱਤਰੋ, ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਕਿਹਨੇ ਕਿਹਨੇ ਪੰਜਾਬ ਕਿਵੇਂ ਕਿਵੇਂ ਲੁੱਟਿਆ। ਮਾਨ ਸਾਹਿਬ ਮੈਂ ਵੀ ਇੱਕ ਨਵਾਣਾ ਜਿਹਾ ਪੰਜਾਬ ਦਾ ਬੰਦਾ ਅਤੇ ਹਮੇਸ਼ਾ ਪੰਜਾਬ ਪੰਜਾਬੀਅਤ ਦੀ ਖੈਰ ਮੰਗਦਾ, ਦੁਆ ਮੰਗਦਾ, ਉਹਦੇ ਲਈ ਲੜ ਵੀ ਰਿਹਾ ਅਤੇ ਲੜੂੰਗਾ ਵੀ ਆਖਰੀ ਸਾਹ ਤੱਕ ਲੜੂੰਗਾ। ਦੇਖੋ ਮਾਨ ਸਾਹਿਬ, ਮੈਨੂੰ ਇਹ ਤਾਂ ਨਹੀਂ ਪਤਾ ਕਿ ਜਿਹੜੇ ਇਹ ਠੱਗ ਚੋਰ ਲੁਟੇਰੇ ਇਕੱਠੇ ਹੋਏ ਆ, ਬਾਦਲ ਹੋਣ, ਕਾਂਗਰਸੀ ਹੋਣ, BJP ਵਾਲੇ ਹੋਣ, ਇਹ ਤੇਰੀ ਗੱਲ ਨੂੰ ਕਬੂਲਣਗੇ, ਤੇਰੀ ਚੁਣੌਤੀ ਨੂੰ ਜਾਂ ਨਹੀਂ ਕਬੂਲਣਗੇ। ਪਰ ਤੈਨੂੰ ਮੈਂ ਹਿੱਕ ਠੋਕ ਕੇ ਕਹਿਣਾ, ਤੈਨੂੰ ਹਿੱਕ ਠੋਕ ਕੇ ਆ ਕਹਿਣਾ, ਲੈ ਮੈਂ ਇੱਕ ਪਿਓ ਦਾ ਨਹੀਂ ਹੋਊਂਗਾ, ਮੈਂ ਤੇਰੇ ਨਾਲ ਇਹ ਤੇਰੀ ਚੁਣੌਤੀ ਨੂੰ ਕਬੂਲ ਕਰਦਾ ਹੋਇਆ ਤੇਰੀ ਬਹਿਸ ਦੇ ਵਿੱਚ ਬੈਠੂੰਗਾ। ਸਮਾਂ ਵੀ ਤੇਰਾ, ਜਗ੍ਹਾ ਵੀ ਤੇਰੀ, ਕੋਈ 1 ਨਵੰਬਰ ਦੀ ਲੋੜ ਨਹੀਂ, ਕੋਈ ਮੈਨੂੰ ਤੇਰੀ ਲੋੜ ਨਹੀਂ, ਭਾਵੇਂ ਕੱਲ੍ਹ ਨੂੰ ਹਾਕ ਮਾਰ ਲਾ, ਤੇਰੇ ਕੋਲ ਨੰਬਰ ਮੇਰਾ ਹੈਗਾ, ਫੋਨ ਕਰ ਲਾ, ਚਾਹੇ ਖੁੱਲ੍ਹੀ ਚੁਣੌਤੀ ਦੇ ਦੇ, ਮੀਡੀਆ ਦੇ ਪਾ ਦੇ, ਮੈਂ ਉੱਥੇ ਪਹੁੰਚ ਜੂੰਗਾ ਜਿੱਥੇ ਤੂੰ ਸੱਦੇਂਗਾ। ਮੀਡੀਆ ਵੀ ਤੇਰਾ ਜਿਹੜਾ ਆ ਕੌਲੀ ਚੱਟ ਜੁੱਤੀ ਚੱਟ ਮੀਡੀਆ ਜਿਹੜਾ ਤੂੰ ਖਰੀਦਿਆ ਹੋਇਆ ਤੇਰਾ ਮੀਡੀਆ, ਕਈ ਕਰੋੜਾਂ ਰੁਪਇਆ ਲਾ ਕੇ ਉਹੀ ਤੇਰਾ ਮੀਡੀਆ ਤੂੰ ਬਿਠਾ ਲਈ, ਜਿਹੜਾ ਜੀ ਕਰੂ ਉਹ ਤੇਰਾ ਮੀਡੀਆ ਬਿਠਾ ਲਈ, ਤੇਰੀ ਜਗ੍ਹਾ, ਤੇਰਾ ਸਮਾਂ, ਤੇਰੀ ਗੱਲ, ਤੇਰੀ ਬਾਤ। ਤੂੰ ਮੈਨੂੰ 1000 ਸਵਾਲ ਪੁੱਛੀ, 1000 ਸਵਾਲ, ਮੈਂ ਤੇਰੇ ਹਰ ਸਵਾਲ ਦਾ ਜਵਾਬ ਨਾ ਦਿੱਤਾ, ਗੱਲਾਂ ਨੂੰ ਗੋਲ ਮੋਲ ਕੀਤਾ, ਗੱਲਾਂ ਨੂੰ ਇੱਧਰ ਉੱਧਰ ਘੁਮਾਇਆ, ਤਾਂ ਮੈਨੂੰ ਨੀਵੇਂ ਥਾਂ ਬਹਾ ਦੀ, ਮੇਰੇ ਹਾਰ ਗਲ 'ਚ ਭਾਵੇਂ ਜੁੱਤੀਆਂ ਦਾ ਪਾ ਕੇ ਉੱਥੋਂ ਤੋਰ ਦੀ। ਤੈਨੂੰ ਮੈਂ ਸਿਰਫ ਅਤੇ ਸਿਰਫ ਤੇਰੀ ਨਿੱਜੀ ਜ਼ਿੰਦਗੀ ਨਾਲ ਕੋਈ ਸਵਾਲ ਨਹੀਂ, ਤੂੰ 1 ਵਿਆਹ ਕੀਤੇ ਆ, 2 ਕੀਤੇ ਆ, 4 ਕੀਤੇ ਆ, ਕੋਈ ਮੇਰਾ ਲੈਣਾ ਦੇਣਾ ਨਹੀਂ ਤੇਰੀ, ਤੂੰ ਦਾਰੂ ਪੀਂਦਾ ਨਹੀਂ ਪੀਂਦਾ, ਤੂੰ ਆਪਣੀ ਬੇਬੇ ਦੀ ਸਹੁੰ ਝੂਠੀ ਖਾਧੀ ਸੱਚੀ ਖਾਧੀ, ਮੈਂ ਕੋਈ ਇਹਨਾਂ ਗੱਲਾਂ ਤੋਂ ਲੈਣਾ ਦੇਣਾ ਨਹੀਂ ਆ। ਮੈਂ ਮੇਰਾ ਮਸਲਾ ਤੇਰੇ ਨਾਲ ਪੰਜਾਬ ਨੂੰ ਲੈ ਕੇ ਹੋਣਾ, ਪੰਜਾਬ ਨੂੰ ਲੈ ਕੇ ਮੇਰਾ ਮਸਲਾ ਹੋਣਾ, ਜਿਹੜੀ ਤੇਰੀ 18-19 ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ, ਇਹਨਾਂ 18-19 ਮਹੀਨਿਆਂ ਦੇ ਵਿੱਚ ਜੋ ਜੋ ਤੂੰ ਪੰਜਾਬ ਨਾਲ ਕੀਤਾ, ਤੈਨੂੰ ਸਿਰਫ ਅਤੇ ਸਿਰਫ ਮੈਂ 11 ਸਵਾਲ ਪੁੱਛਣੇ ਆ, 11 ਕਿੰਨੇ 11,
11 सवाल पुछने आ, 12वां सवाल नहीं पुछदा। जे 11 सवालों के विचों जो पंजाब नाल संबंधित होने, पंजाब के मुद्दों नाल, पंजाब के लोगों नाल, पंजाब की जवानी नाल, पंजाब की किसानी नाल, जिवें तू लिखिया पंजाब की, पंजाब के पानिया नाल, पंजाबी बोली नाल, बाणी नाल, पंजाब के मसलों नाल संबंधित होने आ, तैनू मैं 11 सवाल पुछूंगा। तू 11 सवालों के विचों मेरे एक भी सवाल का जवाब सही दे जे, बिना इधर उधर गल्लां तों घमाए तों, क्योंकि गल्लां दा कड़ाह तुहानूं बहुत चंगी तरह आउंदा, गल्लां तों बहुत सोहणियां लोकां नूं गुमराह कर लैंदा गल्लां दे नाल, गल्लां दा जाल बुण के, पर तू गल्लां नूं इधर उधर घमाए गोल गाल कीते तों बिना गल्लां मेरी एक भी गल का जवाब दे जी। कोई मैं हवा च नहीं गल्लां करदा वी इधरों फड़ ली, उधरों फड़ ली, आ छड़ती आ छड़ती, तत्थ रखूंगा, सबूत रखूंगा, जो जो तेरे इन 18-19 महीनों की सरकार दे विच तेरी कारगुजारी रही आ, तू एक भी गल का मेरा सही जवाब दे जाएगा ना, तो मैं तेरे पैरी हाथ ला के तैनू एक होर गल मैं कहना, मैं तेरे पैरी हाथ ला के उठ उठूंगा भी मान साहब अज तो बाद ना मैं तेरे कदे खिलाफ बोला, तो अज तो बाद मैं सियासत नूं भी सदा लई छड़ता, ये लै मैं तैनू ये चुनौती दिना, तेरा चैलेंज कबूल किया, तो तैनू ये चैलेंज दिना, तू मेरे नाल ये मेरे 11 सवाल, सिर्फ अद्धे मिनट का मेरा सवाल होना, 11 सवालों का मेरा कितना टाइम लगना, 5.5 मिनट, 5.5 मिनट तैनू सवाल पुछने आ, तू भावें मैथों सारा दिन पुछी जाई तेरा जवाब दूंगा, 5.5 मिनटां के सवालों के जवाब तैनू पूरा दिन नहीं, तैनू 2 दिन 4 दिन जिन्ने दिन भी तू लैने होणगे तेरी इच्छा है उन्ने दिन लैनी, मैनू 5.5 मिनटां के मेरे 11 सवालों के जवाब दे के उठ खड़ी, ते तेरे पैरियां थला के ना उठे मेरे प्यो दा नहीं हैगा भी हाँ माना, तू वाकई सच्चा है, तू वाकई दर्द रखदा पंजाब दा, तू वाकई ईमानदार है पंजाब प्रति, तू वफादार हाँ, ते नहीं ये गल्लां दा कड़ा मैं तरा बनाउणा छड़ दे, क्योंकि चोर ने इन्हां ने तेरी, किसे चोर लटेरे ने, किसे बड़ेंग तड़ेंग ने, किसे बाजवे ने, किसे तेरे बादल ने, किसे तेरे दूजे तीजे ने तेरी चुनौती कबूल नहीं करनी, ये तैनू भी पता है, तू इसे करके वार वार इन्हां दे उत्ते उंगलां खड़ियां कर दे, तैनू पता चोर है लटेरे है, जे चोर सी ठग सी लटेरे सी बेईमान सी गदारी कीती पंजाब नाल, ताई तां इन्हां नूं इन्हां ने इन्हां नूं नकार के लोकां ने तैनू लिआंदा, इह तां तैनू भी पता है कि इन्हां कोले तेरे सवालां दे जवाब है नहीं, पर मित्रा सवाल दा जवाब साडे दा भी तेरे कोले है नहीं, तेरे भगतां ने हुण इक होर गल कहणी आ कि तूं कौण हुंदा जी सवाल पुछण वाला, मान साहब सौज वाले महाराज जी भगतो, ये सोडे सौज वाले नहीं कहते होंगे सी स्टेजां दे खड़ के कि असी लोकां नूं सवाल पुछण वाले बनाया, जवाब मंगण वाले बनाया, सरकार की जवाबदेही चाहीदी आ, पारदर्शिता चाहीदी आ, सरकार नूं हर सवाल का जवाब देना चाहीदा हिक ठोक के, सो उस दे नाते मैं एक आम जा पंजाब का मुंडा, नौजवान आम पंजाब का बंदा, एक नागरिक होने के नाते सोडे सौज वाले महाराज नूं सवाल पुछूंगा, भगतो हुण कंधां टकराना मारो, झग ना सिटो इत्थे आ के, झग सिटण दी थोड़ी बहुत आदत आ, जे तुसीं वी प्यो दे आ इक दे हो तां लिआओ मान नूं मैदान च, असीं तैयार हां, कल्ला आऊंगा सारी, चाहे अपनी आ जिहड़े तेरे आई टी सैल वाले सरसैने अर्गे आ, होर तेरे आ लागड़ भूंगड़ आ, आ तेरा मूसे वाले का कातल पन्नू, तेरा सलाहकार जिन्हें, तेरे सलाहकार जिन्हें मर्जी बिठा ली, जाओ मंत्री संतरी जो तेरी कैबिनेट जो MLA तेरा जो मर्जी बहा ली, तेन खुली छूट होगी, कल्ला आऊंगा जमा कल्ला, अख चख पा गल करूंगा, जे है हिम्मत, जे वाकई छीणी का दुध पीता, जे वाकई अंदर कोई कणकंडा हैगा, कोई मर्द वाली गल हैगी है, ता मैदान च तेरा समा, तेरे चैनल, तेरी जगह, ला सुनेहा मैं आने को तैयार हाँ। एक भी मेरे, मैं फिर कहना, एक भी 11 दे विचों एक भी सवाल का मेरा जवाब दे जी, उदे कह दूंगा चाको मन, अज तो बाद तेरे खिलाफ बोलना बंद, कोई सियासत सूत नहीं करनी, कोई चोण नहीं लड़नी, असी जो करना करांगे, पर तेरे लिए असी एक भी शब्द तो बाद जवान चो नहीं कढ़ांगे, पर मित्रा ये गल्लां चलणियां नहीं, बहुत चिर तू गल्लां दा कड़ाह कड़ू बना लिया, बहुत चिर हो गया लोगों नूं गुमराह करदे फिरदे नूं, ये हुण चलण नहीं देना काम, असी आ जा जे हिम्मत आ तां आ फिर मैं इक हत्थ मारदा, तेरी चुनौती तेरा चैलेंज कबूल है, आ जा मैदान च जे हुण आ सकदा तां।
ਮੈਨੂੰ ਪਤਾ ਤੂੰ ਆਉਣਾ ਨਹੀਂ, ਮੈਨੂੰ ਪਤਾ ਤੂੰ ਆਉਣਾ ਨਹੀਂ, ਤੇਰੇ ਭਗਤਾਂ ਨੇ ਗੱਲ ਚਲਾਉਣੀ ਹੈ। ਲੱਖਾ ਕੌਣ ਹੁੰਦਾ ਜੀ, ਲੱਖਾ ਕਿਵੇਂ ਸਵਾਲ ਪੁੱਛ ਲੂਗਾ ਜੀ, ਸਾਨੂੰ ਵੀ ਹੱਕ ਹੈ ਯਾਰ। ਜੇ ਤੁਸੀਂ ਪੁੱਛਦੇ ਰਹੇ ਹੋ ਆਮ ਬੰਦੇ ਬਣ ਕੇ ਸਰਕਾਰ ਨੂੰ ਘੇਰ ਕੇ ਬਾਦਲਾਂ ਨੂੰ ਕਾਂਗਰਸੀਆਂ ਨੂੰ ਸਵਾਲ ਜਵਾਬ ਪੁੱਛਦੇ ਨੇ, ਸਾਡਾ ਵੀ ਹੱਕ ਹੈ, ਅਸੀਂ ਵੀ ਪੁੱਛਣ ਵਾਲੇ ਹੈਗੇ ਹਾਂ। ਸਾਡਾ ਕੋਈ ਹੱਕ ਨਹੀਂ, ਅਸੀਂ ਪੰਜਾਬ 'ਚ ਨਹੀਂ ਰਹਿੰਦੇ, ਅਸੀਂ ਵੀ ਲੜਾਈ ਪੰਜਾਬ ਦੀ ਲੜ ਰਹੇ ਹਾਂ। ਜੇ ਤੂੰ ਐਡਾ ਸੱਚਾ ਐਡਾ ਇਮਾਨਦਾਰ ਹੈ ਫਿਰ ਤੈਨੂੰ ਮੇਰੇ ਵਰਗੇ ਬੰਦੇ ਤੋਂ ਡਰਨ ਦੀ ਲੋੜ ਨਹੀਂ ਹੈਗੀ। ਸਿੱਧਾ ਕਿਹਾ ਵੀ ਆ ਲੱਖਿਆ ਬੱਜ ਹਿੱਕ 'ਚ ਮੈਂ ਤਿਆਰ ਹਾਂ, ਮੈਂ ਤੇਰੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ। ਪਰ ਮੁੱਦਿਆਂ ਦੀ ਸਿਆਸਤ 'ਤੇ ਆ ਮਿੱਤਰਾ, ਮੁੱਦਿਆਂ 'ਤੇ ਆ, ਇੱਧਰ ਉੱਧਰ ਲੋਕਾਂ ਨੂੰ ਭਜਾਈ ਫਿਰਦਾ, ਗਮਰਾਹ ਕਰੀ ਜਾਂਦਾ, ਕਦੇ ਬਾਦਲਾਂ ਨੂੰ ਕਹਿਤਾ, ਕਦੇ ਕਾਂਗਰਸੀਆਂ ਨੂੰ ਕਹਿਤਾ, ਕਦੇ ਬੀਜੇਪੀ ਨੂੰ ਕਹਿਤਾ, ਕਦੇ ਉਹਨੂੰ, ਕਦੇ ਇਹਨੂੰ, ਕਦੇ ਕਹਾਣੀ, ਕਦੇ ਚੁਟਕਲੇ, ਕਦੇ ਗੱਲਾਂ, ਕਦੇ ਬਾਤਾਂ, ਕਦੇ ਕੜਾਹ, ਕਦੇ ਕੁਛ, ਇਹ ਗੱਲਾਂ ਨਹੀਂ ਚੱਲਣੀਆਂ। ਮੈਨੂੰ ਪਤਾ ਹੈ ਤੂੰ ਨਹੀਂ ਆਉਣਾ, ਕਿਉਂਕਿ ਤੇਰੇ ਕੋਲ ਗੱਲਾਂ ਹੈ, ਅਤੇ ਗੱਲਾਂ ਵਾਲੇ ਕਦੇ ਮੈਦਾਨ 'ਚ ਨਹੀਂ ਆਉਂਦੇ ਹੁੰਦੇ, ਉਹ ਫੇਸਬੁੱਕਾਂ ਦੇ ਉੱਤੇ ਬਹਿ ਕੇ ਗੱਲਾਂ ਮਾਰਨ ਵਾਲੇ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਸੋ ਤੇਰੀ ਚੁਣੌਤੀ ਕਬੂਲ ਆ, ਫਿਰ ਵੀ ਜੇ ਤੂੰ ਨਹੀਂ ਆਉਂਦਾ, ਜੇ ਤੂੰ ਨਹੀਂ ਆਉਂਦਾ, ਚੱਲ ਮੰਨ ਲਾ ਤੂੰ ਸਮਝਦਾ ਵੀ ਤੇਰਾ ਬਹੁਤ ਵੱਡਾ ਲੈਵਲ ਆ, ਤੂੰ ਪੰਜਾਬ ਦਾ ਮੁੱਖ ਮੰਤਰੀ ਆ ਭਾਈ, ਅਸੀਂ ਤਾਂ ਆਮ ਬੰਦੇ ਹਾਂ, ਠੀਕ ਆ, ਤੂੰ ਮੰਨਦਾ ਕਿ ਮੈਂ ਤੇਰੇ ਸਾਹਮਣੇ, ਤੂੰ ਕੌਣ ਹੁੰਦਾ ਮੈਂ ਤੇਰੇ ਸਾਹਮਣੇ ਕਿਉਂ ਬੈਠਾ ਆ ਕੇ, ਤੂੰ ਕੌਣ ਹੁੰਦਾ ਸਵਾਲ ਪੁੱਛਣ ਵਾਲਾ, ਤੇਰੇ ਹੋ ਸਾਰਾ ਤੇਰੇ ਮਨ 'ਚ ਹੋਵੇ, ਤੇਰੇ ਭਗਤਾਂ ਦੇ ਮਨ 'ਚ ਹੋਵੇ, ਲੱਖਾ ਕੌਣ ਹੁੰਦਾ ਪੁੱਛਣ ਵਾਲਾ, ਤਾਂ ਫਿਰ ਤੈਨੂੰ ਮੈਂ ਲੈ ਉਹ ਦੱਸਦਾ, ਤੈਨੂੰ ਮੈਂ ਇੱਥੇ ਹੀ ਦੱਸਦਾ ਮੇਰੇ ਕਿਹੜੇ ਸਵਾਲ ਹੈ। ਤੂੰ ਇਹਨਾਂ ਦੇ ਜਵਾਬ ਲਿਖ ਕੇ ਪਾ ਦੇ ਯਾਰ, ਆਪਣੀ ਫੇਸਬੁੱਕ 'ਤੇ, ਆਪਣੇ ਟਵਿੱਟਰ 'ਤੇ, ਆਪਣੇ ਕੋਈ ਹੋਰ ਇੰਸਟਾਗ੍ਰਾਮ ਦੇ ਉੱਤੇ ਤੂੰ ਲਿਖ ਕੇ ਪਾ ਦੇ। ਤੈਨੂੰ ਪਹਿਲਾਂ ਹੀ ਮੇਰਾ ਸਵਾਲ ਹੋਣਾ ਵੀ ਜਿਹੜਾ ਤੂੰ 50,000 ਕਰੋੜ ਦਾ ਕਰਜ਼ਾ ਚੱਕਿਆ, ਮੈਨੂੰ ਇਹਦਾ ਹਿਸਾਬ ਦੇ ਦੇ, ਪੰਜਾਬ ਨੂੰ ਹਿਸਾਬ ਦੇ ਦੇ, ਉਹ 50,000 ਕਰੋੜ ਰੁਪਈਆ ਲਾਇਆ ਕਿੱਥੇ ਹੈ, ਉਹ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਦੇ ਦੇ, ਲਿਖ ਕੇ ਪਾ ਦੇ। ਤੂੰ ਕਹਿੰਦਾ ਮੈਂ ਰਾਜਪਾਲ ਨੂੰ ਤਾਂ ਲਿਖ ਕੇ ਮੈਂ ਦੇ ਆਇਆ ਜੀ, ਪਰ ਪੰਜਾਬ ਦੇ ਲੋਕਾਂ ਨੂੰ ਤਾਂ ਪਾਰਦਰਸ਼ਤਾ ਚਾਹੀਦੀ ਨਾ, ਪੰਜਾਬ ਦੇ ਲੋਕਾਂ ਨੂੰ ਵੀ ਤਾਂ ਕੁਛ ਚਾਹੀਦਾ ਨਾ, ਉਹ ਲਿਖ ਕੇ ਪਾ ਦੇ, ਤੂੰ ਦੱਸ ਦੇ ਵੀ 50,000 ਕਰੋੜ ਰੁਪਈਆ 18 ਮਹੀਨਿਆਂ 'ਚ ਕਰਜ਼ਾ ਚੱਕ ਕੇ ਪੰਜਾਬ ਦੇ ਸਿਰ 'ਤੇ ਚਾੜਤਾ, ਉਹ ਪੈਸਾ 50,000 ਕਰੋੜ ਰੁਪਈਆ ਪੰਜਾਬ ਦੇ ਕਿਹੜੇ ਪ੍ਰੋਜੈਕਟ, ਕਿਹੜੇ ਵਿਕਾਸ 'ਤੇ ਲੱਗਿਆ, ਕਿਹੜੇ ਕੰਮਾਂ 'ਤੇ ਲੱਗਿਆ, ਇਹ ਪਾ ਦੇ। ਮੈਂ ਮੰਨ ਜੂੰਗਾ ਵੀ ਤੂੰ ਬੜਾ ਸੱਚਾ, ਮੈਂ ਮੰਨ ਜੂੰਗਾ। ਤੂੰ ਦੂਜੀ ਗੱਲ ਮੈਨੂੰ ਦੱਸ ਦੇ ਵੀ ਰਾਘਵ ਚੱਡਿਆਂ ਦੇ ਉੱਤੇ ਜਿਹੜਾ ਤੂੰ ਖਰਚਾ ਕੀਤਾ, ਮੰਗਣੇ 'ਤੇ ਖਰਚਾ, ਵਿਆਹ 'ਤੇ ਖਰਚਾ, 10-10 ਲੱਖ ਰੁਪਈਏ ਦਾ ਕਮਰਾ ਖਰੀਦਿਆ ਗਿਆ, ਪਹਿਲਾਂ ਕਪੂਰਥਲਾ ਹਾਊਸ ਤੇਰੇ ਘਰ ਦੇ ਵਿੱਚ, ਮੁੱਖ ਮੰਤਰੀ ਦੇ ਘਰ ਦੇ ਵਿੱਚ ਦਿੱਲੀ, ਉੱਥੇ ਮੰਗਣਾ ਹੋਇਆ ਰਾਘਵ ਚੱਡੇ ਦਾ, ਪੂਰਾ ਹਿਸਾਬ ਦੱਸ ਦੇ ਭਰਾਵਾ, ਉਹ ਕਿਹੜੇ ਖਾਤੇ ਪਾਏਗਾ। ਚਿੱਟਾ ਹੁਣ ਤਾਂ ਕਿਉਂ ਨਹੀਂ ਬੰਦ ਕਰ ਸਕਿਆ, ਮਾਮਾ ਦੇ ਪੁੱਤ ਰੋਜ਼ ਮਰਦੇ ਨੇ, ਤੂੰ ਆਮ ਗੱਲ ਕਹਿ ਕੇ ਆਇਆ ਸੀ ਕਿ ਅਸੀਂ ਚਿੱਟਾ 3 ਮਹੀਨਿਆਂ 'ਚ ਖਤਮ ਕਰ ਦਿਆਂਗੇ, ਇਹ ਚਿੱਟਾ ਸਰਕਾਰਾਂ ਵਿਕਾਉਂਦੀਆਂ ਨੇ। ਹੁਣ ਮੈਨੂੰ ਜਵਾਬ ਤਾਂ ਇੱਥੋਂ ਚਾਹੀਦਾ ਭਰਾਵਾ, ਜੇ ਸਰਕਾਰਾਂ ਚਿੱਟਾ ਵਿਕਾਉਂਦੀਆਂ ਸੀ, ਹੁਣ ਤਾਂ ਤੇਰੀ ਸਰਕਾਰ ਹੈ, ਹੁਣ ਕਿਹੜੇ ਤੋਂ ਮੀਠੀਏ ਵਰਗੇ ਫੜ ਕੇ ਅੰਦਰ ਦੇਤੇ, ਜਿਹੜਾ ਕੇਜਰੀਵਾਲ ਦਾ ਮਜੀਠੀਆ ਤੋਂ ਮਾਫ਼ੀ ਮੰਗ ਕੇ ਗਿਆ, ਹੁਣ ਕਿਉਂ ਨਹੀਂ ਬੰਦ ਆਉਂਦਾ ਭਾਈ, ਹੁਣ ਤੇਰੀ ਕਿਹੜੀ ਮਜਬੂਰੀ ਹੈ, ਜਾਂ ਤੇਰਾ ਕੋਈ ਹਿੱਸਾ ਉਹਨਾਂ ਨਾਲ, ਤੂੰ ਖੁਦ ਕਹਿੰਦਾ ਰਿਹਾ ਵੀ ਸਰਕਾਰਾਂ ਦੇ ਹਿੱਸੇ ਨੇ, ਮਜੀਠੀਆ ਵੇਚਦਾ ਵਿਕਾਉਂਦਾ, ਫਲਾਨਾ ਵੇਚਦਾ ਫਲਾਨਾ ਵਿਕਾਉਂਦਾ, ਸਰਕਾਰ ਵਿਕਾਉਂਦੀ ਆ, ਹੁਣ ਕਿਹੜੀ ਸਰਕਾਰ ਵਿਕਾਉਂਦੀ ਹੈ ਭਾਈ, ਹੁਣ ਸਰਕਾਰ ਕਿਹਦੀ ਹੈ ਜੀ, ਹੁਣ ਤਾਂ ਸਰਕਾਰ ਪਰ ਸਤੌਜ ਵਾਲੇ ਮਹਾਰਾਜ ਦੀ ਹੈ, ਇਹਦਾ ਮਤਲਬ ਸਤੌਜ ਵਾਲਾ ਮਹਾਰਾਜ ਵਿਕਾਉਂਦਾ, ਕਿ ਤੇਰੇ ਹੋ ਬੋਲੇ ਹੋਏ ਸ਼ਬਦ ਨੇ, ਤੇਰੀਆਂ ਵੀਡੀਓ ਪਈਆਂ ਨੇ, ਲੋਕ ਸੁਣਦੇ ਨੇ ਰੋਜ਼। ਅੱਛਾ 34,000 ਨੌਕਰੀ ਤੂੰ ਕਿਹਾ, 34,000 ਨੌਕਰੀ ਅਸੀਂ ਦੇਤੀ, ਉਹਦੇ ਅੰਕੜੇ ਦੇ ਦੇ ਭਾਈ, 34,000 ਨੌਕਰੀ ਤੂੰ ਕਿਹੜੀ ਦਿੱਤੀ ਹੈ, ਨੌਜਵਾਨਾਂ ਦੇ NSA ਲਾਇਆ, ਤੂੰ ਲਾਇਆ, DC ਅੰਮ੍ਰਿਤਸਰ ਤੋਂ ਲਵਾਇਆ, ਡਿਬਰੂਗੜ੍ਹ ਜੇਲ੍ਹ ਸਿੱਟੇ, ਕਿਉਂ ਸਿੱਟੇ, ਇਹ ਪੰਜਾਬ ਦੀ ਜਵਾਨੀ ਆ, ਇਹ ਮੇਰੇ ਸਵਾਲ ਨਹੀਂ, ਇਹ ਪੰਜਾਬ ਦੇ ਉਹਨਾਂ ਜਿਹਨਾਂ ਨੂੰ ਕਹਿਣਾ ਮੈਂ ਜੀ 3.25 ਕਰੋੜ ਜੀ, 3 ਕਰੋੜ ਜੀ, 3.25 ਕਰੋੜ, 3.25 ਕਰੋੜ ਲੋਕਾਂ ਦਾ ਮੈਂ ਜੀ ਚੁਣਿਆ ਹੋਇਆ ਮੁੱਖ ਮੰਤਰੀ ਹੈ, ਇਹ ਉਹਨਾਂ ਦੇ ਸਵਾਲ ਆ ਭਰਾਵਾ। ਅਗਲਾ ਆ ਜਾ, ਬੇਅਦਬੀ ਦਾ ਇਨਸਾਫ ਦੇਤਾ, ਬੜਾ ਕਿਲ ਕਿਲ ਕੇ ਸਟੇਜਾਂ 'ਤੇ ਬੋਲਦਾ ਹੁੰਦਾ ਸੀ ਕਿ ਬੇਅਦਬੀ ਦਾ ਇਨਸਾਫ ਦੇ ਦਿਆਂਗੇ, 24 ਘੰਟਿਆਂ 'ਚ ਕਹਿੰਦਾ ਸੀ ਤੇਰਾ ਕੇਜਰੀਵਾਲ 24 ਘੰਟਿਆਂ 'ਚ ਕਿ ਸਰਕਾਰ ਬਣਨ ਤੋਂ ਬਾਅਦ 24 ਘੰਟਿਆਂ 'ਚ ਬੇਅਦਬੀ ਇਨਸਾਫ ਹੋਊਗਾ, ਮਿਲ ਗਿਆ, 19 ਮਹੀਨੇ ਹੋ ਗਏ। ਅਗਲਾ ਆ ਜਾ, SYL ਦੇ ਉੱਤੇ ਤੇਰਾ ਦੋਗਲਾ ਸਟੈਂਡ ਹੈ, SYL ਦੇ ਉੱਤੇ ਤੇਰਾ ਦੋਗਲਾ ਸਟੈਂਡ ਹੈ, ਜਿਹੜਾ ਸਟੈਂਡ ਬਾਦਲਾਂ ਦਾ ਰਿਹਾ, ਜਿਹੜਾ ਸਟੈਂਡ ਕਾਂਗਰਸੀਆਂ ਦਾ ਰਿਹਾ, ਉਹ ਸਟੈਂਡ ਤੇਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ। ਇਹਦੇ ਸ਼ਬਦ ਸੁਣੋ ਯਾਰ, ਤੁਸੀਂ ਇਹਦੀ ਵੀਡੀਓ ਸੁਣੋ ਜਾ ਕੇ, ਇਹਦੇ ਪੇਜ 'ਤੇ ਜਾ ਕੇ, ਇਹ ਕਹਿੰਦਾ ਜੀ ਸਾਡੇ ਕੋਲ ਪਾਣੀ ਹੈ ਨਹੀਂ, ਇਹ ਤੁੱਕ ਨਹੀਂ ਕਿ ਸਾਡੇ ਕੋਲ ਪਾਣੀ ਹੈ ਨਹੀਂ, ਤੂੰ ਕਹਿੰਦਾ ਅਸੀਂ ਪਾਣੀ ਕਿਉਂ ਦੇਗੇ, ਪਾਣੀ ਪੰਜਾਬ ਦਾ ਹੈ, ਤੂੰ ਕੀ ਧਾਰਾ ਜਿਹੜਾ ਪੰਜਾਬ ਪੁਨਰ ਗਠਨ ਐਕਟ 1966 ਦੇ ਵਿੱਚ ਬਣਿਆ, ਜਦੋਂ ਪੰਜਾਬ ਨੂੰ ਦੁਬਾਰਾ ਵੱਢਿਆ ਟੁੱਕਿਆ ਗਿਆ 66 ਦੇ ਵਿੱਚ, ਪੰਜਾਬ ਦੇ ਵਿੱਚੋਂ ਹਰਿਆਣਾ ਦੇ ਹਿਮਾਚਲ ਨਿਕਲਿਆ, ਉਹ ਪੁਨਰ ਗਠਨ ਐਕਟ ਦੇ ਵਿੱਚ ਸੈਂਟਰ ਨੇ ਧੱਕੇ ਨਾਲ 78-79 ਧਾਰਾ ਜੋੜ ਲਈ, ਪੰਜਾਬ ਦੇ ਡੈਮਾਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਉੱਤੇ ਕੰਟਰੋਲ ਕੇਂਦਰ ਨੇ ਕਰ ਲਿਆ। ਕੀ ਤੂੰ ਇਹ ਗੱਲ ਦੱਸ ਰਿਹਾ ਲੋਕਾਂ ਨੂੰ, ਜੇ ਲੜਾਈ ਲੜ ਰਿਹਾ ਕਿ ਧਾਰਾ 78-79 ਨੂੰ ਖਤਮ ਕਰਨਾ ਸੀ, ਸਾਡੀ ਲੜਾਈ ਉਹ ਹੈ
कि सेंटर कौन हुंदा साडे डैमां दे उत्ते साडे पानियां दे उत्ते कब्जा करन वाला नहीं तू की पंजाब दे पानियां दा केस जिहड़ी अंतरराष्ट्रीय अदालत है उच लैके जाएगा भी रायपुर सिद्धांतां दे मुताबक पानियां दे उत्ते पंजाब दा हक है पंजाब मरदा है बीबीएमबी दे विचों पंजाब दी मैंबरशिप दावेदारी खत्म कर दित्ती गई चंडीगढ़ दे विच केंद्र दे रूल लागू करते चंडीगढ़ दे विच हरियाणे नूं 10 एकड़ जमीन देती वक्री विधानसभा बनाउण लई तेरा उत्ते की स्टैंड आ तू की बोलिया ते की लड़ाई लड़ रहा दस तेरे को एक भी मेरे सवाल का जवाब नहीं होना मित्रा नहीं होना गमराह ना कर धोखा ना कर पंजाब के लोगों तेन मैं होर दस दिना राजस्थान के एमपी के नाल मेरा अगला सवाल राजस्थान के एमपी के नाल तू बठिंडे झीलों वाला जोड़ा बनया हुआ इतने झीलों के उत्ते बठिंडे रेस्टोरेंट जहाँ बनया हुआ रेस्ट हाउस जहाँ बनया हुआ राजस्थान के एम पी के नाल तू हनुमान कि हनुमान बैनीपाल कि तू एक इतें आके गुप्त मीटिंग करना है तो 1500 क्यूसिक पानी तू राजस्थान होर देने की हामी भर दिना इहदा जवाब की देगा तू कहना मैं पंजाब के पानिया का रख है तू अंदर खाते मीटिंग करके राजस्थान के वोटा लैन दे 1500 क्यूसिक पानी तू पंजाब का राजस्थान होर देने मंजूर मन लैंना हामी भर दिना हाँ कर दिना यह जवाब कौन देगा ये सबूत ने यह ऑन रिकॉर्ड गल् ने हवा च नहीं मैं गल करता मेरे को सारा कुछ पिया होगा तेरे सामने आ रखूंगा चिट्ठिया भी आ देख फलाना दिन फलानी तरीक इन्ना समा आ जगह तेरी फलाने फलाने बंदे ना मीटिंग हुई किड़िया किड़िया गल् हुई कि अफसर तेरे नाल बैठे से 800 करोड़ रुपया तू कहना मैं एक पैसा नहीं खाता पंजाब का दे जवाब मैं सवाल पूछ रहा तेनों इतें ही पूछ रहा तथो जवाब तो मेरे सामने का बैठने की हिम्मत है नहीं तेन मैं फिर कहना चैलेंज है मेरा बह जी तेन 800 करोड़ रुपया तू बजट के रखे कहदे लिए इश्तहार देने लिए अखबारों से यूपी बिहार राजस्थान गुजरात हिमाचल के अखबारों चैनलों से इश्तहार देने लिए बोर्डों के उत्ते खर्चा करने अपन फोटो खेलिए आपदी फोटो थां थां तू लाई बैठा है कई हज़ार रुपया का एक बोर्ड पैंदा है किराए से लैके बोर्ड तू चंडीगढ़ मोहाली के किराए से लैके बोर्ड तू लाए है उन्होंने फोटो लाइया सिर्फ अपन तू तुरैया उन्होंने केजरीवाल तुरैया दोए फोटो ने जाके देख लियो वह जवाब की देगा तू कई करोड़ रुपया दे के मीडिया खरीद के उन्होंने जुत्ती चट्टन ला लिया जिहड़ा तेरी जुत्ती चढ़दा पैरों से आके तेरे जीभ मार दिया तलियां चढ़ दिया तेरिया कोई पंजाब की गल नहीं करते कोई पंजाब की असल पक्ष नहीं पंजाब का पेश करते किसी इस कौली जट दलाल मीडिया को हिम्मत नहीं हैगी जो तेरे प्रैस कॉन्फ्रेंस कर दे सामने तेन सवाल पूछ लैन कोई नहीं पहुँचता वो स्क्रिप्ट तैयार करना तू भी आह सवाल पूछने आह नहीं पुछने आह पुछने आ नहीं पुछने जे पुछे तो तुम आउट होवोगे जिहड़े चैनल ने तेनों सवाल किए जिहड़े पत्रकार ने तेनों सवाल किए तेरिया सारिया जग जाहिर कीतिया गल्लां उन्हां ते तू परचे दर्ज कराए चैनल बंद कराए थाणियां ते जाके जलील कराया अंदर भी बंद कराए है जवाब तुसीं कहिंदे साडा सिसोदिया फड़ लिया साडा संजय सिंह फड़ लिया वाह सोडे इनकलाबियो सोडे फड़ लेगा चीकां मार दे कि यह बदलाखोरी है सियासी रंजिश है खहरा फड़ के अंदर देता इनकलाब है आ मेरे तरन तारण परचे चिट्टे का यह इनकलाब है तीन परचे मेरे पुराने खोली बैठा मैं फड़न फिरदा हथने ला के पैक गए अफसर को फोन खड़का दिना घंटी कि लखे का की हल कर गए फड़ के अंदर दो जरे ये तेरा काम है फड़ ला कोई गल नहीं कोई परवाह नहीं फड़ ला पर जिन्ना चिर जाना ना आवाज नहीं बंद कर सकता तू ये नहीं दबनी ये ना दबी है तो ना दौड़नी है ये पंजाब का पानी पीता है पंजाब की मिट्टी जमे हैं पंजाब का खाने हैं पंजाब लिए जाने पंजाब लिए मरना है एको इरादा है भुल जा जे तू परचा पुरचे ना डरा लेगा जेलां डरा लेगा नहीं होना सो ये गल्लां जिहड़ियां तू कहना कि मैं वी आई पी कल्चर खत्म करने लिए असी आए सी वी आई पी कल्चर नहीं होगा केजरीवाल भी तू भी बोलता हुंदा सी ना जी वड्डी गड्डी रखांगे जी गड्डियां रखांगे ना बड़ा बंगला होगा जी ना असी फालतू खर्चा करांगे ना वाधू गनमैन रखांगे अज सब तो वध गनमैन 1250 तेरे नाल चलता है सब तो वध गड्डियां दा काफला तेरे नाल चलता हुण तक जिन्ने मुख्यमंत्री रहे उन्हां तो ज्यादा सब तो वध तेरे नाल चलता है वी आई पी कल्चर जिहनूं कहिंदे आ आपां सताओ जाले ओ तुसीं कहिंदे सी कल्ले आ के दिखाओ ढाबियां इत्थे अड्डियां च सत्थां च हुण तूं आ जा तेरी भी लोग उड़ीक कर रहे है तू कहना मैं एक पैसा नहीं खांदा पंजाब दा मेरा सवाल है दे जवाब तू कहना मैं एक पैसा नहीं खांदा पंजाब दा तू कहना 10 एकड़ मेरे को पैली है
फिर भाई साहब ताड़ी धर्म पत्नी कोले 1.5 करोड़ की मुंदरी कित्थों आ गई? थोड़ी धर्म पत्नी कोले जिहड़े पाए हुए सैंडल ने सूट ने लखां दे कित्थों आ गए जनाब? थोड़े पाई हुई जैकट वो लखां दी है, थोड़े पाए हुए बूट वो भी लखां दे, वो कित्थों आ गए जनाब? तनखाह तो 1 लख रुपया हो महीने की मुख्यमंत्री की, 2.5 लख हो। तुम कह रहे हो उस्ताद वाले हो कि असीं रुपया नहीं खाते, फिर ये कित्थों आ गया, ये ताम झाम कित्थों आया? इन्ना तुम कहना हरसिमरत को इन्ना सोना सी, फलाने को इन्ना गहने से, तुहाडे कोल कित्थों आ गए जी? ये भी सवाल है मेरा, जोड़ी चले हो। 11 सवाल ने, 11 तो वध मैं कोई तैनू सवाल नहीं करना मित्रा, 11 ही सवाल करने हैं तैनू। इस करके तू सो पंजाबीओ जिहड़े बेचारे हुण तुसीं सज्जण जुड़े होंगे, सो दुबारा दस दिना कि सतौज वाले महाराज ने अज एक अपनी फेसबुक ते लिख के पाया कि मैं चुनौती दिना खै अपने नूं, बादलां नूं मैं चुनौती दिना, बाजवे नूं मैं चुनौती दिना, राजे बड़िंग नूं मैं चुनौती दिना, सुखबीर बादल नूं ते अपने जिहड़ा जाखड़ नूं बीजेपी वाले नूं वी भाई आ जाओ। 1 तरीक का टाइम रखिया सतौज वाले महाराज ने कि तुसीं पाणियां ते बाणी दे मसले ते, पाणी दे मसले ते, रेते दे मसले ते, कुल चीज़ ते कहना मैं सुटना बहस करनू डिबेट करनू तैयार हैं, चैनलों के उत्ते लाइव बैठ के पंजाबियों के सामने। ये अज सतौज वाले महाराज ने अपना एक ट्वीट किया, सो मैं उस ट्वीट का जवाब दिता कि जे हिम्मता जे मैं फिर कहना को है अंदर कण कंडा मरदा वाला युरत रखदा सतौज वालिया आ सब कुछ तेरा होगा, मैं आऊँगा जो मर्जी बुला ली, रख गल्लां जिहड़ियां रखना चाहुंदा, मेरे तो सवाल पुछना चाहुंदा पुछ, ते मैनू मेरे आ जिहड़े सवाल तैनू पुछे है यही होने है। तत्थ लै के आऊँगा तेरे कोले, चिट्ठियां लै के आऊँगा, सरकारी दस्तावेज होणगे वह लेके आऊँगा तेरे कोले, वह तैनू दिखाऊँगा भी आ तेरी सरकार की कारगुजारी आ, आ तेरे तत्थ ने, आ सबूत ने, आ गल्लां भाई बोल दियां। सवाल तो बहुत ने, सवाल तो घट्टो घट 200 सवाल होना तेरी सरकार जो पुछा, पर तेन मोटे मोटे मैं 11 सवाल पुछने हैं, 12वां नहीं पुछता। 5.5 मिनट का वक्त लाऊंगा, 6वां मिनट तेरा लेंदा नहीं, तैनू 5 घंटे 50 घंटे जे 500 घंटा ले ली जी, हिम्मत है तो आ जा भगत फराज हो, हूँ कहो थोड़े सौज पाओ पोस्टा पास्टा लियाओ माड़ा जा ली ते लेके आओ कि सौज वाले आओ लखा आ गया मैदान च दियो जवाब। ये ना कह दे हूँ लखा कौन होंगे, मैं भी भरावा चोन लड़ी सी तो मैनू भी 38,000 लोगों ने तस्लीम किया, प्यार दिता, साथ दिता, उन्हें 30,000 बंदे ने तो मैं समझ ही है कि मैं कुछ है भरावा, उन्होंने तरफों मान लियो, किसी पास्यों भी मान लियो, एक आम पंजाबी होने के नाते मान लियो, एक आम नागरिक होने के हर नागरिक का फर्ज है सवाल पूछण का। इन्हों खुली चुनौती है, जिन्होंने मर्जी लिया मैं बैठन तैयार हाँ, सो भजी ना माना, पर जे तू हुण भज गया फिर तेरी लोगों ने किसी गल पर विश्वास नहीं करना कि तू गल ही है, पल्ले तेरे कढ़न पाउण कख नहीं। सवाजा मिलदे हैं, वाहिगुरू जी का खालसा, वाहिगुरू जी की फतह।